ਜੀ 60x ਇਹ ਹੈਗਾ ਜੀ ਦੋ ਸਪੀਕਰ ਵਾਲਾ। ਸਤਿ ਸ਼੍ਰੀ ਅਕਾਲ ਜੀ ਮਿੱਤਰੋ, ਸਵਾਗਤ ਹੈ ਜੀ ਨਵੇਂ ਵਲੌਗ 'ਚ। ਅਤੇ ਅੱਜ ਬਾਈ ਟਰੈਕਟਰ ਦੇਣ ਲੱਗੇ ਨਵਾਂ 30-60। ਲਓ ਜੀ ਬਾਈ ਦੇਖਿਆ ਜੀ। ਓਕੇ ਜੀ ਅਤੇ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ। ਅਤੇ ਕੀ ਨਾਮ ਹੈ ਵੀਰੇ ਆਪਣਾ ਜੀ? ਮੇਰਾ ਨਾਮ ਲੱਖਾ ਜੀ। ਠੀਕ ਹੈ। ਅਤੇ ਆਪਣਾ ਟਰੈਕਟਰ ਤੁਹਾਨੂੰ ਕਿਵੇਂ ਲੱਗਿਆ ਜੀ? ਵਧੀਆ, ਬਹੁਤ ਵਧੀਆ। ਠੀਕ ਹੈ ਜੀ। ਟਰੈਕਟਰ ਕਿਹੜੇ ਕੰਮ 'ਤੇ ਲਾਉਣਾ ਵੀਰੇ ਤੁਸੀਂ? ਅਸੀਂ ਪਾਈਪ ਲਾਈਨ ਪੱਟਣ ਵਾਲੀ ਮਸ਼ੀਨ ਲਾਉਣੀ ਜੀ। ਅੱਛਾ ਜੀ। ਟਰੈਕਟਰ ਕਿੱਥੇ ਜਾਣਾ ਜੀ ਟਰੈਕਟਰ? ਵੈਸੇ ਝੱਜ ਚੌਂਕ। ਇਹ ਕਿੱਥੇ ਕੁ ਪੈ ਗਿਆ ਜੀ? 6 ਕਿਲੋਮੀਟਰ ਅੱਗੇ ਹੈ ਜੀ। ਅੱਛਾ ਅੱਛਾ, ਠੀਕ ਹੈ ਵੀਰੇ। ਅਤੇ ਬਾਈ ਕਹਿੰਦੇ ਨੇ ਹਨੂੰਮਾਨਗੜ੍ਹ ਜਾਣਾ ਟਰੈਕਟਰ ਵਾਲੇ। ਅੱਛਾ, ਉੱਥੇ ਚੈਨ ਲਾਉਣ ਕੇ ਕੰਮ ਉਰੇ ਕਰਨਾ ਤੁਸੀਂ? ਠੀਕ ਹੈ ਠੀਕ ਹੈ। ਬਾਕੀ ਤੁਹਾਨੂੰ ਡੀਲ ਵਧੀਆ ਲੱਗੀ ਜੀ? ਠੀਕ ਹੈ ਵੀਰੇ। ਅਤੇ ਬਾਕੀ ਬਾਈ ਹਾਰ ਹੋਰ ਲਾ ਰਹੇ ਹੈ ਜੀ? ਪੈਸੇ ਨਹੀਂ ਛੱਡੇ ਸਾਡੇ ਕੋਲ ਜੀ, 5-10 ਹਜ਼ਾਰ। ਨਾ ਨਾ ਕੋਈ ਨਹੀਂ ਵੀਰੇ। ਠੀਕ ਹੈ ਜੀ। ਅਤੇ ਬਾਕੀ ਬਾਈ ਹਾਰ ਲੱਗ ਰਿਹਾ ਹੁਣ। ਟਰੈਕਟਰ ਜਾਣਾ ਹੁਣ ਹਨੂੰਮਾਨਗੜ੍ਹ। 2-ਸਪੀਡ ਟਰੈਕਟਰ ਜੀ ਇਹ। ਅਤੇ ਹਨੂੰਮਾਨਗੜ੍ਹ ਜਾ ਕੇ ਇਹਨੇ ਪਿੱਛੇ ਸਮਾਨ ਲੱਜਣਾ ਇਹਦੇ ਸਾਰਾ ਹੀ, ਚੈਂ ਚੂੰ ਜੀ ਵਾਲਾ ਜਗਾੜ ਲਾ ਕੇ ਬਾਈ ਨੇ ਲਿੰਕਾਂ ਨੂੰ ਖਿਲਾਤੀਆਂ। ਆਹ ਵੀ ਖੁੱਲ੍ਹ ਜਾਣੀ, ਆਹ ਵੀ ਖੁੱਲ੍ਹ ਜਾਣੀ, ਮਗਰਾੜ ਵੀ ਨਵੇਂ ਲੱਗੂਗੇ ਨਾ ਦੂਏ। ਅਤੇ ਮੂਹਰੇ ਬੇਟ ਨੂੰ ਚਲੋ ਬੰਪਰ ਹੈਗਾ, ਉਹਨੇ ਬੇਟ ਹੋਰ ਲਾਉਣਾ, ਬਕਸਾ ਜਿਹਾ ਬਣਾ ਕੇ ਉਹਦੇ ਵਿੱਚ ਰੇਤਾ ਬਜਰੀ ਭਰ ਦੇਣਾ। ਯਾਨੀ ਕਿ ਬੜੇ ਹੈਵੀ ਕੰਮ ਆ ਟਰੈਕਟਰ ਚੱਲਿਆ ਆਪਣਾ, 4 ਸਿਲੰਡਰ ਵਾਲਾ ਜੀ, 60 ਪਾਵਰ ਵਾਲਾ। ਠੀਕ ਹੈ। ਬਾਕੀ ਹਾਰ ਹੋਰ ਲੱਗ ਰਿਹਾ। ਠੀਕ ਹੈ ਜੀ। ਬਾਕੀ ਆਪਣੇ ਕੋਲ 3 ਹੋਰ ਖੜ੍ਹੇ ਹੈ, ਇੱਕ ਲੰਘ ਗਿਆ, ਇੱਕ ਘਰੇ ਖੜ੍ਹਾ ਹੈ। ਅਤੇ ਕੱਲ੍ਹ ਸ਼ਾਇਦ ਉਹ ਵੀ ਆਪਾਂ ਲਿਆਇਆ ਜਾਣਾ ਉਹਦੇ। ਹੋਰ ਬਾਈ ਠੀਕ ਹੈ? ਬਾਈ ਉੱਚੀ ਬੋਲ ਮਾੜਾ ਜਿਹਾ, ਮੇਰਾ ਵੀਰ ਗਿਆਲ ਹੈ ਜੀ। ਠੀਕ ਹੈ ਬਾਈ। ਹਾਂ, ਅੱਜ ਕਰਤੀਆਂ ਵਧਾਈਆਂ ਹੈ। ਅੱਜ ਸਵੇਰ ਦੇ ਬੰਦੇ ਬਹੁਤ ਆ ਰਹੇ ਵੈਸੇ, ਗਾਹਕ ਪੂਰਾ ਨਹੀਂ ਤੇ। ਹਾਂ, ਅਤੇ ਬਾਈ ਆਪਣਾ ਮੇਲਾ ਰੈਟਰਾਂ ਦਾ ਪੂਰਾ ਲੱਗਿਆ, ਉਰੇ ਸਾਰੇ ਖੜ੍ਹੇ ਹੈ ਜੀ। ਏਟ ਉੱਚ ਇੱਕ ਉਹ ਖੜਾ ਵਿਚਾਰਾ ਕੱਲਾ ਜੀ, ਉਹ ਤੇਲ ਮੁੱਕੇ ਵਾ, ਉਹ ਪਾਉਂਗੇ ਫਿਰ ਖੜਾਉਂਗੇ। ਠੀਕ ਹੈ ਜੀ। ਉਹ ਜੀ ਬਾਈ ਮੂੰਹ ਮੱਠਾ ਕਰਾਤਾ ਸਾਰਿਆਂ ਦਾ। ਅਤੇ ਅੱਜ ਫੋਟੋ ਵਿੱਚ ਜੋਤ ਨਹੀਂ ਤਾਂ ਨਹੀਂ ਆਇਆ ਬਾਈ, ਉੱਧਰ ਇੱਕ ਹੋਰ ਟਰੈਕਟਰ ਦਾ ਸੌਦਾ, ਉੱਧਰ ਵੀ ਗਾਹਕ ਆਏ ਵੇ ਤੇ। ਠੀਕ ਹੈ ਜੀ। ਅਤੇ ਤੁਹਾਨੂੰ ਪਤਾ ਬਾਈ ਟਰੈਕਟਰ ਦਾ ਹੁਣ ਸੀਜ਼ਨ ਹੈ, ਅੱਗੇ ਟਰੈਕਟਰ ਵਿਕੀ ਜਾਣੇ, ਹੁਣ ਕੰਮ ਆ ਗਿਆ, ਅੱਗੇ ਸੀਜ਼ਨ ਨੇੜੇ ਆ ਬਾਈ। ਇੱਦਾਂ ਬਾਈ ਇਹਨਾਂ ਦਾ ਕੰਮ ਤਾਂ ਵੈਸੇ ਕਿਰਾਏ ਭਾੜੇ 'ਤੇ ਹੀ ਲੈ ਕੇ ਜਾਣਾ, ਟਰਾਲੀ ਟਰੂਲੀ ਦਾ ਵੀ, ਅਤੇ ਵੀ ਚਲਾਉਣਾ ਟਰੈਕਟਰ। ਅਤੇ ਬਾਕੀ ਬਾਲਾ ਜੀ ਨੂੰ ਮਿਲਾਉਂਦੇ ਸਾਨੂੰ, ਮਾਮਾ ਜੀ ਨੂੰ। ਹੋਰ ਜੋਤ ਵੀਰੇ ਕਿਆ ਹਾਲ ਹੈ? ਸਤਿ ਸ਼੍ਰੀ ਅਕਾਲ ਮਾਮਾ ਜੀ। ਹੋਰ ਠੀਕ ਹੈ ਜੀ? ਟਰੈਕਟਰ ਦੇ ਦਿੱਤਾ ਅੱਜ ਨਵਾਂ ਹੈ ਜੀ? ਟਰੈਕਟਰ ਦੇ ਦਿੱਤਾ। ਠੀਕ ਹੈ ਜੀ। ਚੈਨ ਲੱਗਣੀ ਪਿੱਛੇ, ਪਾਈਪ ਲਾਈਨ ਪੱਟਣ ਵਾਸਤੇ। ਅੱਛਾ, ਉਹ ਵੀ ਲੱਗਣੇ? ਠੀਕ ਹੈ ਜੀ ਠੀਕ ਹੈ। ਇਹਦੇ ਪਿੱਛੇ ਲਿੰਕਾਂ ਜੈਕ ਚਲਾਤੇ ਆਪਾਂ ਨੂੰ। ਅੱਛਾ ਜੀ, ਲਿੰਕ ਵਾਲੇ ਜੈਕ। ਠੀਕ ਹੈ ਜੀ। ਟਰੈਕਟਰ ਸਿੱਧਾ ਹਨੂੰਮਾਨਗੜ੍ਹ ਜਾਣਾ? ਹਾਂ, ਆਪਣਾ ਰਾਜਸਥਾਨ। ਅੱਛਾ, ਮੈਂ ਕਹਿੰਦਾ ਸਵੇਰੇ ਆ ਕੇ ਟਰੈਕਟਰ ਦੇ ਦਿਓ 6 ਵਜੇ। ਅੱਛਾ ਜੀ, 5 ਵਜੇ ਆ ਜਾਓ, ਮਗਰ 5 ਵਜੇ ਨਹੀਂ ਆਉਣਾ। ਠੀਕ ਹੈ ਜੀ, ਗੱਲ ਟਰੈਕਟਰ ਆਪਣੇ ਪਿੰਡ ਲੈ ਜਾਣਾ ਸ਼ਾਮ ਨੂੰ। ਠੀਕ ਹੈ ਜੀ। ਮੈਂ ਘਰ ਤੇ ਹੱਕ ਲੈ ਜਾਣਾ ਉੱਧਰ ਆ। ਓਕੇ, ਪਹਿਲਾਂ ਜੋ ਜਾਊਂਗਾ ਅਨੰਦਪੁਰ ਜਾਊਂਗੇ, ਫਿਰ ਸਵੇਰੇ ਮੁੜੂੰਗੇ। ਬਿਲਕੁਲ ਜੀ ਬਿਲਕੁਲ, ਠੀਕ ਹੈ। ਇਹਦੇ ਘੰਟੇ ਦੀ ਬਾਟ ਉਹ ਬਾਜੂ ਆਉ ਟੈਟਾ ਨਹੀਂ ਆਪਣੇ ਉੱਥੇ ਲੈਣਾ, ਆਪਣੇ ਘਰੇ ਲੈ ਜਾਣਾ ਬਾਈ। ਕਹਿੰਦਾ ਸੀ ਬਹੁਤ ਮੰਗਣ ਪੁੱਛਿਆ। ਅੱਛਾ ਜੀ, ਕਹਿੰਦਾ ਪਿੰਡੋਂ ਫਿਰ ਦਾ ਖਰਚਾ ਸਭ ਤੋਂ ਘੱਟ ਰਹੂਗਾ। ਠੀਕ ਹੈ ਜੀ। ਇਹ ਫਿਰ ਮੁੜ ਬਣਿਆ, ਖਰਚਾ ਵੀ ਘੱਟ ਆਈ, ਟਰੈਕਟਰ ਦਾ ਰੇਟ ਵੀ ਜਾਇਜ਼ ਆ ਜੀ। ਹਾਂ, ਕਹਿੰਦਾ ਡੂਟ ਆ। ਠੀਕ ਨਹੀਂ ਜੀ। ਹਾਂ, ਕਿਉਂਕਿ ਉਹਦੇ ਤੁਹਾਨੂੰ ਪਤਾ ਟਰੈਕਟਰ 'ਤੇ ਕਿੰਨਾ ਜ਼ੋਰ ਲੱਗਣਾ ਜੀ, ਅਤੇ ਸਹੀ ਗੱਲ। ਹਾਂ, ਕਿਹੜੇ ਟਰਾਲੀ ਦੇ ਬਹੁਤਾ ਕੋਈ ਵਜਨ ਪੈਣਾ, ਲੋਡ ਪੈਣਾ ਜੀ। ਬਿਲਕੁਲ ਜੀ। ਠੀਕ ਹੈ। ਹਾਂਜੀ ਹਾਂ, ਸਿਰੇ ਤੱਕ ਸਪੋਰਟਾਂ, ਡਬਲ ਸਪੋਰਟ ਵਾਲੀ, ਪਿੱਛੋਂ ਟੂਬਾ ਹੋ ਜਾਏ, ਟੂਬਾ ਹੋਰ ਲੱਗਣੀਆਂ, ਵਰਗਾੜੀ ਹੋ ਜਾਣਾ। ਟਰੈਕਟਰ ਆਪਣੇ ਘਰੋਂ ਲੈ ਕੇ ਜਾਣਾ ਕਿਹੜਾ? ਠੀਕ ਹੈ। ਇਹ ਪਿੱਛੇ ਜਿਹੜੇ ਲਿੰਕਾਂ ਹੁੱਕ ਖੋਲ੍ਹੇ ਆਪਾਂ ਨਾ, ਹਾਂ,
ਤੇ ਪੈਂਟ ਸਿੱਧਾ ਜਾਣਾ ਹਨੂਮਾਨਗੜ੍ਹ। ਠੀਕ ਆ ਬਾਈ, ਉਹਨਾਂ ਨੰਦਪੁਰ ਸਾਹਿਬ ਕੋਲ ਤੇ ਆਏ। ਠੀਕ ਆ, ਕਹਿੰਦੇ ਮੈਂ ਸਵੇਰੇ ਸਾਨੂੰ ਟਰੈਕਟਰ 5 ਵਜੇ ਦੇ ਦਿਓ। ਅੱਛਾ, ਮੈਂ ਕਿਹਾ 5 ਵਜੇ ਰੋਪਣ ਜਾ ਰਿਹਾ। ਹਾਂ, ਜਾਣਾ ਨਾ ਕਾਲੀ ਬੰਦੇ ਕਰਾਈ ਜਮਰਾਂ ਦਾ ਬਹੁਤ ਜਾਂਦੇ ਹੋ, ਚੱਕ ਲੈ ਜੂੰਗੇ ਘਰ ਤੇ। ਸਵੇਰੇ ਜਦੋਂ 4 ਵਜੇ 3 ਵਜੇ ਸਾਨੂੰ ਕੋਲ ਦੇ। ਠੀਕ ਆ, ਠੀਕ ਆ, ਉਹਨੇ ਟਰੈਕਟਰ ਘਰੋਂ ਦੇ ਦਿਆ। ਬਾ ਠੀਕ ਆ, ਠੀਕ ਠੀਕ ਆ। ਉਹ ਜੀ ਬਾਈ, ਘਰਾਂ ਡਾਕਟਰ ਪਹੁੰਚੋ ਹੁਣ ਪਹਿਲਾਂ, ਕਿਉਂਕਿ ਬਾਈ ਨਾ ਨੇ ਸਵੇਰੇ 5 ਵਜੇ ਨਿਕਲਣਾ ਡਾਕਟਰ ਲੈ ਕੇ ਹਨੂੰਮਾਨਗੜ੍ਹ ਤੋਂ, ਤਾਂ ਕਰਕੇ ਹੁਣ ਘਰਾਂ ਦੇ ਡਾਕਟਰ ਤੋਰਨਾ ਸੌਖਾ ਹੈ ਜਾਂ ਸੀਮਾ ਆਉਣਾ ਔਖਾ ਹੈ। ਠੀਕ ਆ ਜੀ, ਇਹ ਹੁਣ ਘਰ ਜਾਊ ਸ਼ਾਮ ਨੂੰ। ਠੀਕ ਆ ਜੀ, ਚੱਲਿਆ ਆਪਣਾ 60 ਬਾਈ, ਇਹ ਹੈਗਾ ਜੀ 2 ਸਪੀਕਰ ਵਾਲਾ। ਠੀਕ ਹੈ ਜੀ, ਬਾਕੀ ਵੀਡੀਓ ਦਾ ਆਪਾਂ ਨੇ ਬਹੁਤ ਸਾਰਾ ਜੋ ਵੀ ਫੀਚਰ ਹੈ ਟਰੈਕਟਰ ਦੇ ਦੱਸਿਆ ਵਾ। 60 HP ਵਾਲਾ ਟਰੈਕਟਰ ਜੀ, ਅਤੇ 1628 ਦੇ ਮਗਰਲੇ 7 ਵਜਾ ਦੇ ਟਾਇਰ ਮੁਰਲੇ ਬਾਈ। ਸ਼ਗਨ ਪਿੱਛੇ ਬਹੁਤ ਰੌਲਾ ਪੈਂਦਾ, ਸ਼ਗਨ ਬਾਈ ਇਹਨਾਂ ਨੇ ਦੇ ਤਾ ਪਹਿਲਾਂ, ਹੁਣ ਦੁਬਾਰਾ ਆ ਹੋਰ ਆ ਜਾਂਦੇ ਆ। ਅਤੇ ਹਰੇਕ ਉਰੇ ਹਰੇਕ ਜਦ ਵੀ ਟਰੈਕਟਰ ਵਿਕਦਾ ਕੋਈ ਵੀ ਬਹੁਤ ਗਾਹ ਪੈਂਦਾ ਸ਼ਗਨ ਪਿੱਛੇ ਬਾਈ। ਠੀਕ ਹੈ ਜੀ, ਉਹ ਜੀ ਬਾਈ ਜੀ 60 ਕਰਤਾ, ਅੱਜ ਹੋਰ ਅਲਵੇ ਦਾ ਇੱਕ ਟਰੈਕਟਰ ਆਪਾਂ ਨੇ 1-2 ਦਿਨ ਤੱਕ ਹੋਰ ਦੇ ਦੇਣਾ ਬਾਈ, 30-55। ਅਤੇ ਟਰੈਕਟਰ ਆਉਣ ਕੋਲ 3 ਰਹਿ ਗਏ ਹੋਰ, 6 ਟਰੈਕਟਰ ਮੰਗਵਾਏ ਸੀ, 3 ਟਰੈਕਟਰ ਵਿਕ ਗਏ, 3 ਰਹਿ ਗਏ ਹੋਰ ਆਉਣੇ।